ਹਾਂਜੀ ਫਰੈਂਡਸ, ਕਿੱਦਾਂ ਸਾਰੇ ਜੀ? ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਤੇ, ਜਿਹਦਾ ਨਾਮ ਹੈ ਪਾਪਾ ਐਂਡ ਪਰੀ ਵਲੌਗਸ YouTube ਚੈਨਲ। ਕਿਆ ਨਾਮ ਹੈ? ਐਂਡ ਪਰੀ ਵਲੌਗਸ YouTube ਚੈਨਲ। ਅੱਜ ਜਾ ਰਹੇ ਹਾਂ ਪ੍ਰਗੁਣ ਦੇ ਬਰਥਡੇ ਦਾ ਸਮਾਨ ਲੈਣ। ਅੱਜ ਤਰੀਕ ਹੋ ਗਈ ਜੀ 30, ਪ੍ਰਗੁਣ ਦੇ ਬਰਥਡੇ ਦਿਨ ਰਹਿ ਗਏ ਸਿਰਫ 4, ਤੇ ਫਿਰ ਆਪਾਂ ਨੇ ਜਾਣਾ ਗੋਲਡਨ ਟੈਂਪਲ, ਤਾਂ ਕਰਕੇ ਫਿਰ ਗੋਲਡਨ ਟੈਂਪਲ ਜਾਣਾ, ਤਾਂ ਕਰਕੇ ਫਿਰ ਟਾਈਮ ਨਹੀਂ ਲੱਗਣਾ। ਮੈਂ ਕਿਹਾ ਜਿਹੜਾ ਸਮਾਨ ਬੱਚਿਆਂ ਨੂੰ ਦਿੰਦੇ ਹਰ ਸਾਲ ਉਹ ਲਿਆਈਏ, ਅਤੇ ਉਹ ਲੈਣ ਚੱਲੇ ਹਾਂ ਅੱਜ ਜੀ। ਚੱਲਦੇ ਹਾਂ। ਸਵੇਰੇ ਸਵੇਰੇ ਬੱਚੇ ਆਏ ਸੀ ਵਿਚਾਰੇ, ਉਹਨਾਂ ਨੂੰ ਪ੍ਰਗੁਣ ਨੇ ਸੇਬ ਦਿੱਤੇ। ਚੱਲਦੇ ਹਾਂ ਜੀ, ਫਿਰ ਤੁਹਾਨੂੰ ਦਿਖਾਉਂਦੇ ਅੱਗੇ ਅੱਜ ਕੀ ਅੱਗੇ ਕਰਦੇ ਹਾਂ। ਅੱਜ ਅਸੀਂ ਬੜੇ ਦਿਨਾਂ ਬਾਅਦ ਵਲੌਗ ਪਾਉਣਾ ਜੀ, ਕਿਉਂਕਿ ਸ਼ਹੀਦੀ ਦਿਨ ਚੱਲ ਰਹੇ ਸੀ ਨਾ, ਇਸ ਕਰਕੇ ਅਸੀਂ ਕੋਈ ਵੀਡੀਓ ਨਹੀਂ ਬਣਾ ਰਹੇ ਸੀਗੇ। ਅੱਜ ਆਪਾਂ 5-6 ਦਿਨਾਂ ਬਾਅਦ ਵੀਡੀਓ ਸ਼ੁਰੂ ਕੀਤੀ ਹੈ ਜੀ। ਚੱਲਦੇ ਹਾਂ, ਹੁਣ ਆਪਾਂ ਨਿਕਲਦੇ ਹਾਂ। ਪਹਿਲਾਂ ਜਾਵਾਂਗੇ ਜ਼ੀਰਕਪੁਰ, ਫਿਰ ਉਸ ਤੋਂ ਬਾਅਦ ਜਾਣਾ ਚੰਡੀਗੜ੍ਹ। ਕਈ ਕੰਮ ਨੇ ਅੱਜ, ਦੁਪਹਿਰ ਤੱਕ ਕੰਮ ਹੀ ਕੰਮ ਨੇ, ਸਾਰੇ ਕੰਮ ਨਿਬੇੜ ਕੇ ਫਿਰ ਹੀ ਆਉਂਦੇ ਅੱਜ। ਲੋ ਵੀ ਮਿੱਤਰੋ, ਪਹਿਲਾਂ ਆਪਾਂ ਬਣਾਇਆ ਪ੍ਰੋਗਰਾਮ ਕਿ ਪਹਿਲਾਂ ਡੀ ਮਾਰਟ ਚੱਲਦੇ ਹਾਂ, ਕਿਉਂਕਿ ਕੁਛ ਸਮਾਨ ਡੀ ਮਾਰਟ ਤੋਂ ਮਿਲ ਜਾਣਾ, ਇਕੱਠਾ ਲੈਣਾ ਆਪਾਂ ਨੇ, ਕਿਉਂਕਿ ਆਪਾਂ ਬਣਾਉਂਦੇ ਹੁੰਦੇ ਹਰ ਦਾ 50 ਪੈਕਟ ਬਣਾਉਂਦੇ ਹਾਂ ਬੱਚਿਆਂ ਲਈ, ਅਤੇ ਉਹ ਬਣਾਉਣ ਲਈ, ਅਤੇ ਜਿਹੜਾ ਸਮਾਨ ਪਾਉਣਾ ਜੇ ਕੁਛ ਸਮਾਨ ਆਪਾਂ ਡੀ ਮਾਰਟ ਤੋਂ ਮਿਲ ਜਾਣਾ, ਠੀਕ ਨਹੀਂ ਵੀਰੇ? ਚਲੋ ਖੇਤ ਨਹੀਂ ਹੈਗੇ, ਹੋਰ ਤਾਂ ਬਿਲਡਿੰਗਾਂ ਨੇ, ਖੇਤ ਬਹੁਤ ਨਾ ਦੇ ਬਰਾਬਰ ਨੇ, ਤਾਂ ਵੀ ਨਹੀਂ ਤੂੰ ਤਾਂ ਜਿੱਧਰ ਖੇਤ ਹੋਣੇ ਉੱਧਰ ਰਾਜਪੁਰੀ ਦੇ ਖਿਆਲ ਹੋ ਜਾਣਾ, ਫਿਰ ਉੱਧਰ ਤਾਂ 2 ਫੁੱਟ ਨਹੀਂ ਤਾਂ ਐਂ ਨਹੀਂ, ਉੱਥੇ ਉਹ ਗੱਡੀ ਚੱਲਦੀ ਨਹੀਂ ਦਿਖਦੀ, ਆਪਾਂ ਤਾਂ ਕਿੰਨਾ ਦੂਰ ਤਾਂ ਕਲੀਅਰ ਦਿਖ ਰਿਹਾ ਬਾਈ, ਜਿੰਨਾ ਸਲੋਅ ਚੱਲ ਸਕਦੇ ਹਾਂ। ਚਲੋ ਇਹਨਾਂ ਦਿਨਾਂ 'ਚ ਇਹ 10 ਦਿਨ ਦੀ ਹੈ, 10 ਕੁ ਦਿਨ ਹੀ ਤੁਹਾਨੂੰ ਤਾਂ ਪੈ ਜਾਏ, ਤਾਂ ਲੋਹੜੀ ਤੋਂ ਬਾਅਦ ਖਤਮ ਹੋ ਜਾਣਾ, 10 ਕੁ ਦਿਨ ਆਪਣੀ ਜਾਨ ਨਾਲ ਖਿਲਵਾੜ ਨਾ ਕਰੋ, ਜਿੰਨਾ ਹੋ ਸਕੇ ਉਨਾ ਆਪਣੇ ਆਪ ਬਚਾਓ ਕਰੋ, ਅਤੇ ਜਿੰਨਾ ਪਿਆਰ ਨਾਲ ਚੱਲ ਸਕਦੇ ਹੋ, ਕੋਈ ਕਾਹਲੀ ਨਹੀਂ, 10 ਮਿੰਟ ਜਲਦੀ ਨਿਕਲ ਜਾਓ, 10 ਮਿੰਟ ਲੇਟ ਵੀ ਪਹੁੰਚ ਜਾਓਗੇ ਕਿਤੇ ਕੋਈ ਕੰਮ ਨਹੀਂ ਰੁਕਦੇ, ਪਰ ਇੱਕ ਤਾਂ ਠੰਡ ਹੈ ਅਤੇ ਉਪਰੋਂ ਧੁੰਦ ਹੈ, ਇਸ ਕਰਕੇ ਬਚਾਓ ਜੀ ਬਚਾਓ ਆਪਣਾ, ਤਾਂ ਕਰਕੇ ਜੀ ਜਿਹੜਾ ਗੱਡੀ ਵਾਲੇ ਤੋਂ ਹੀ ਬ੍ਰੇਕ ਮਾਰ ਲਈ, ਜੇ ਗੱਡੀ ਤੇਜ਼ ਹੋਵੇ ਬ੍ਰੇਕ ਨਹੀਂ ਲੱਗਦੀ, ਇਸ ਕਰਕੇ ਪਿਆਰ ਨਾਲ ਚਲੋ, ਠੰਡ 'ਚ ਗੱਡੀਆਂ ਵੀ ਜਾਮ ਹੋਈ ਜਾਂਦੀਆਂ ਨੇ ਸਾਰੇ CNG ਵਾਲਿਆਂ ਦੇ ਲਈ। ਚਲੋ ਜੀ ਚੱਲਦੇ ਹਾਂ, ਡੀ ਮਾਰਟ ਦੇਖੇ ਕਿ ਆਪ ਕਿੰਨੀ ਕੁ ਭੀੜ ਆ, ਸਵੇਰੇ ਸਵੇਰੇ ਵੈਸੇ ਭੀੜ ਘੱਟ ਹੁੰਦੀ ਹੈ, ਪਰ ਸਵੇਰ ਤੱਕ 10 ਵਜੇ ਸਵਾ 10 ਵਜੇ ਦੇਖ ਸਾਡੀ ਨਮੂਨਾ ਆਉਂਦੇ ਡੀ ਮਾਰਟ ਵਿੱਚ, ਮੈਂ ਟਰਾਲੀ 'ਚ ਬੈਠਿਆ ਨਮੂਨਾ, ਥੋੜ੍ਹੇ ਦਿਨਾਂ ਬਾਅਦ ਆਏ ਨਾ ਆਪਾਂ, ਮੈਂ 12-15 ਦਿਨਾਂ ਬਾਅਦ ਆਇਆ ਡੀ ਮਾਰਟ, ਇਹਨੂੰ ਘੁਮਾਉਣਾ ਹੁਣ ਨਮੂਨੇ ਨੂੰ ਸਾਰੀ ਜਗ੍ਹਾ, ਲਾ ਦੇ 2000 ਰੁਪਏ ਸਵੇਰੇ ਸਵੇਰੇ, ਅੱਜ ਥੋੜ੍ਹਾ ਜਿਹਾ ਸਕੂਨ ਆਇਆ ਵੀ ਇੰਨਾ ਸਮਾਨ ਲਿਆ 2000 ਰੁਪਏ 'ਚ, ਬੱਚਿਆਂ ਦਾ ਅੱਧਾ ਸਮਾਨ ਮਿਲ ਗਿਆ, ਚੌਕਲੇਟਾਂ ਲੈਤਕੀ ਫਰੂਟੀ ਜਗ੍ਹਾ ਚੇਂਜ ਕਰਕੇ ਲਾਹੌਰੀ ਜ਼ੀਰਾ ਕਰ ਲਿਆ ਆਪਾਂ, ਇਹ ਦੇਖੋ ਸਵੇਰੇ ਸਵੇਰੇ ਚੌਕਲੇਟ, ਇਹ ਦੇਖੋ ਡੀ ਮਾਰਟ ਸਵੇਰੇ ਸਵੇਰੇ, ਅੰਦਰ ਗਰਮੀ ਆ ਬਹੁਤ, ਠੰਡਾ ਜਗ੍ਹਾ, ਧੁੰਦ ਚਾਰੇ ਪਾਸੇ ਧੁੰਦ ਹੋਈ ਪਈ ਹੈ ਬੁਰਾ ਹਾਲ ਹੈ, ਅਤੇ ਚੱਲਦੇ ਹਾਂ ਆਪਾਂ, ਡੀ ਮਾਰਟ ਵਾਲਾ ਕੰਮ ਨਿਬੜ ਗਿਆ ਆਪਣਾ। ਲੋ ਵੀ ਮਿੱਤਰਾਂ, ਡੀ ਮਾਰਟ ਵਾਲਾ ਪ੍ਰਗੁਣ ਦਾ ਮਤਲਬ ਜਿਹੜਾ ਦੇਣ ਵਾਲਾ ਸਮਾਨ ਹੈ ਜੀ, ਉਹ ਸਾਰਾ ਪੂਰਾ ਕਰਤਾ, ਉਹ ਘਰੇ ਰੱਖ ਕੇ ਹੁਣ ਚੱਲਿਆ ਚੰਡੀਗੜ੍ਹ ਨੂੰ। ਪਹਿਲਾਂ ਪ੍ਰਗੁਣ ਦੀ ਡੈਕੋਰੇਸ਼ਨ ਦਾ ਸਮਾਨ ਲੈਣਾ ਪੜੇਗਾ, ਜਿਹੜੀ ਘਰ ਡੈਕੋਰੇਸ਼ਨ ਕਰਨੀ ਉਹ 45 ਚੈੱਕ ਹੋਲਸੇਲਰ, ਉੱਥੋਂ ਲੈਂਦੇ ਹਾਂ ਬੈਲੂਨਸ ਵਗੈਰਾ ਸਾਰੇ, ਐਤਕੀ ਗੋਲਡਨ ਬਲੈਕ ਥੀਮ ਰੱਖੀ ਹੈ ਆਪਾਂ, ਅਤੇ ਗੋਲਡਨ ਬਲੈਕ ਥੀਮ ਦੇ ਅਕੋਰਡਿੰਗ ਹੀ ਆਪਾਂ ਸਮਾਨ ਲੈ ਕੇ ਆਉਣਾ, ਅਤੇ ਚੱਲਦੇ ਹਾਂ ਹੁਣ ਆਪਾਂ, ਮਿਲਦੇ ਹਾਂ ਤੁਹਾਨੂੰ ਅੱਗੇ ਜਾ ਕੇ ਜੀ। ਆਪਾਂ ਹੁਣ 200 ਫੁੱਟ ਰੋਡ ਨੂੰ ਅੱਗੇ ਨਿਕਲਦੇ ਹਾਂ ਚੰਡੀਗੜ੍ਹ, ਅਤੇ ਮਾੜਾ ਜਿਹਾ ਗੱਡੀ 'ਤੇ ਪਾਣੀ ਪੂਣੀ ਮਾਰ ਲਿਆ, ਹੁਣ ਗੱਡੀ ਸਾਫ ਲੱਗ ਰਹੀ ਹੈ ਜੀ। ਅਵੇ ਮਿੱਤਰਾ, ਪ੍ਰਗੁਣ ਨੂੰ ਲੈ ਕੇ ਆਇਆ ਮੈਂ ਚੰਡੀਗੜ੍ਹ 45 ਸੈਕਟਰ, ਕਿਹੜੀ ਦੁਕਾਨ ਆਪਾਂ ਕਿੱਧਰ ਜਾਣਾ, ਆਪਾਂ ਕਿੱਧਰ ਜਾਣਾ ਨਾ, ਇਹ ਚੰਡੀਗੜ੍ਹ 45 ਸੈਕਟਰ ਬੜੈਲ ਦੀ ਮਾਰਕੀਟ, ਇੱਥੋਂ ਮਿਲਦਾ ਡੈਕੋਰੇਸ਼ਨ ਦਾ ਸਮਾਨ ਸਾਨੂੰ,
ਪਰ ਹੁਣ ਵੀ ਡੈਕੋਰੇਸ਼ਨ ਦਾ ਸਮਾਨ ਮਿਲਦਾ ਇੱਥੋਂ ਸਾਰਾ। ਕਿੰਨੇ ਟਾਈਟ ਟਾਈਟ ਗਲੀਆਂ ਮੈਨੂੰ ਜਾਣਾ ਲੰਘਾ, ਉਹ 'ਤੇ ਜਾਣਾ ਆਪਾਂ ਨੇ, ਉਹ ਅੱਗੇ ਸਿਰੇ ਵਜੀ ਇਹ ਚੰਡੀਗੜ੍ਹ ਸੈਕਟਰ 45 ਪੜੈਲ ਸਾਰੀ ਮਾਰਕੀਟ ਉਹਦੇ ਸਾਰਾ ਸਮਾਨ ਹੋਲਸੇਲ ਰੇਟ 'ਚ ਮਿਲ ਜਾਂਦਾ। ਜਿਹੜਾ ਸਮਾਨ ਸਾਨੂੰ 12,000 ਰੁਪਏ ਦਾ ਮਿਲਣਾ ਸੀ ਤਾਂ 350 ਰੁਪਏ ਦਾ ਮਿਲ ਗਿਆ। ਡੈਕੋਰੇਸ਼ਨ ਦਾ ਸਮਾਨ ਦਾ ਉਹਦੇ ਧੱਕਾ ਵੇਚਦਾ, ਇੱਕੋ ਦੁਕਾਨ ਹੈ 1,000 1,000 2,000 2,000। ਉਹ ਕੁੜੀ 2,000 ਗੁਲਪਲੇ ਮੰਗ ਰਹੀ ਸੀ ਨਾ, ਕਰੀ 2 ਕੇ 2,000 ਵਾਈਟ ਗੁਲਪਲੇ ਦੇ ਦਿਓ। ਨਿਊ ਈਅਰ ਡੈਕੋਰੇਸ਼ਨ ਦੀਆਂ ਤਿਆਰੀਆਂ ਚੱਲ ਰਹੀਆਂ ਸਾਰੇ ਲੋਕਾਂ ਨੇ। ਆਏ ਜੀ ਬੜੈਲ, ਅਤੇ ਹੁਣ ਆਪਾਂ ਚੱਲੇ ਅੱਗੇ ਅਗਲੀ ਡੈਸਟੀਨੇਸ਼ਨ ਵੱਲ। ਦੇਖੋ ਜੀ ਵਿਊ, ਦੇਖੋ ਕਿੰਨਾ ਪਿਆਰਾ ਆ ਰਿਹਾ। ਇਹ ਹੈਗਾ ਇੱਧਰ ਮੇਰੇ ਕਹਿੰਦਾ 37 ਹੈ, 38 ਹੈ, 39 ਹੈ, ਅਤੇ ਵਿੱਚ ਦੀ ਵਿਊ ਦੇਖੋ ਕਿਸ ਪਾਸੇ ਕਿੰਨਾ ਪਿਆਰਾ ਪੇੜ ਦੇਖੋ, ਕਿੰਨਾ ਪੁਰਾਣੇ ਪੁਰਾਣੇ ਲੱਗੇ ਹੋਏ ਆ। ਲੋਕੇਸ਼ਨ ਬੜੀ ਪਿਆਰੀ ਇਸ ਪਾਸੇ, ਬਹੁਤ ਦਿਨਾਂ ਬਾਅਦ ਆਇਆ ਅੱਜ ਮੈਂ ਇਸ ਰੋਡ ਮੈਂ ਤੈਨੂੰ, ਉਹ ਵੀ ਉੱਧਰ ਜਾਂ ਉਹ ਰੋਡ ਪੱਟੀ ਹੋਈ ਹੈ ਤਾਂ ਕਰਕੇ ਇੱਧਰ ਨੂੰ ਆਉਣਾ ਪੈ ਗਿਆ। ਇਹ ਬੜਾ ਪਿਆਰਾ ਏਰੀਆ ਜੀ। BMW ਦੀ 740 ਆਈ ਗੱਡੀ ਆ ਰਹੀ, ਕਿਆ ਜ਼ਬਰਦਸਤ ਗੱਡੀ ਆ ਰਹੀ ਆ ਰਹੀ ਹੈ। ਦੇਖੋ ਗੱਡੀ ਕਿਆ ਜ਼ਬਰਦਸਤ ਗੱਡੀ ਬਾਈ, ਨਵੀਂ ਆਈ ਹੈ, ਕਿਆ ਚੀਜ਼ ਹੈ। ਦੇਖੋ ਜੀ ਲੋ ਵੀ ਮਿੱਤਰਾ, 45 ਤੋਂ ਬਾਅਦ ਹੁਣ ਆਏ ਆਪਾਂ ਸੈਕਟਰ 15 ਦੀ ਮਾਰਕੀਟ। ਅਰੇ ਲਾਫਿਨੋ ਵੀ ਖੁੱਲ ਗਿਆ ਰਹਾ ਤਾਂ, ਸੈਕਟਰ 15 ਦੀ ਮਾਰਕੀਟ ਆ ਗਏ। ਚਲੋ 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 ਹੁਣ 15 ਦੀ ਮਾਰਕੀਟ 'ਚ ਲੈਣਾ ਪਰਗੁਣ ਦੇ ਇਨਰ ਅਤੇ ਹੋਰ ਕਦੋ ਸਮਾਨ, ਅਤੇ ਨਾਲੇ ਇੱਥੇ ਹੀ ਛਕਾਂਗੇ ਦੁਪਹਿਰ ਦਾ ਖਾਣਾ ਡੋਮੀਨੋ ਜਾਂ ਲਾਫਿਨੋ 'ਚ ਟਰਾਈ ਕਰਦੇ ਹਾਂ। ਜੇ ਡਿਸਾਈਡ ਹੋਇਆ ਵੀ ਡੋਮੀਨੋ ਖਾਵਾਂਗੇ, ਡੋਮੀਨੋ ਉੱਥੇ ਰਿਹਾ, ਅਤੇ ਨਾਲੇ ਉਹ ਬਾਟਾ ਕੀ ਉਹ ਦੇਖਾਂਗੇ, ਬਾਟਾ ਸਟੋਰ ਹੈ ਨਾ। ਚਲੋ ਇਹ ਹੈ ਜੀ, ਉਹ ਅੱਗੇ 15 ਦੀ ਰੇਹੜੀ ਮਾਰਕੀਟ ਹੈ, ਸ਼ੋਰੂਮ ਮਾਰਕੀਟ ਹੈ ਉਹ ਅੱਗੇ ਸਾਰੀ। ਹਾਂ ਇਹ ਲਵਾਂਗੇ ਬਟਨ ਥੋੜ੍ਹੇ ਟਾਈਮ ਤੱਕ ਆਪਾਂ ਸਟਾਫ। ਚਲੋ ਜੀ ਆਪਾਂ ਚੰਡੀਗੜ੍ਹ 15 'ਚੋਂ ਪਹਿਲਾਂ ਲਿੱਤੇ ਪੀਜ਼ੇ, ਪਹਿਲਾਂ ਕਰਾਂਗੇ ਪੇਟ ਪੂਜਾ ਫਿਰ ਕਾਮ ਦੂਜਾ। ਮੈਂ ਤੂੰ ਬੈਠ ਜਾ ਰਹੇ, ਆਹ ਦੇਖੋ ਪੀਜ਼ੇ ਆ ਗਏ, ਫਟਾਫਟ ਪੀਜ਼ੇ ਖਾਈਏ ਗਰਮਾ ਗਰਮ, ਉਹ ਤੋਂ ਬਾਅਦ ਫਿਰ ਚੱਲਦੇ ਹਾਂ ਬਾਕੀ ਮਾਰਕੀਟ ਸਮਾਨ ਲੈਣ ਲਈ। ਲੋ ਵੀ ਮਿੱਤਰਾ 15 ਸੈਕਟਰ ਕੰਮ ਵੀ ਗਿਆ ਨਿਬੜ, ਪਰ ਗੁਣ ਦੀ ਸ਼ਾਪਿੰਗ ਆ ਦੇਖੋ, ਸਾਰੇ ਪਰ ਲਿਫਾਫੇ ਪਰ ਗੁਣ ਦੇ ਨੇ, ਸਾਰੇ ਸਾਰਾ ਕੁਛ ਪਰ ਗੁਣ ਦਾ। ਪਰ ਗੁਣ ਜਿੱਦੀ ਕਰਦੀ ਨਾ, ਮੇਰਾ ਕੁਛ ਨਹੀਂ ਲਿਆ, ਮੇਰਾ ਕੁਛ ਨਹੀਂ ਲਿਆ, ਹੁਣ ਸਭ ਕੁਛ ਤੇਰੇ ਹੀ ਲਿਆ ਪੁੱਤ। ਮੈਂ ਤਾਂ ਇਕੱਲਾ ਇੱਕ ਗਲਵਸ ਲਿਆ, ਚੱਲ ਬੈਗ ਤਾਂ ਫਿਰ ਸਹੀ, ਹੁਣ ਨਹੀਂ ਲੱਭਿਆ ਕੋਈ ਨਹੀਂ ਫਿਰ ਕਿਆ, ਬਾਕੀ ਸਾਰਾ ਕੁਛ ਤਾਂ ਲੈ ਦੇ ਬੇਟੇ ਦਾ। ਅਤੇ ਚਲੋ ਚੱਲਦੇ ਹਾਂ ਜੀ, ਹੁਣ ਨਿਕਲਦੇ ਹਾਂ ਇੱਥੋਂ, ਮਿਲਦੇ ਹਾਂ ਅੱਗੇ ਜਾ ਕੇ। ਪਰ ਗੁਣ ਦਾ ਬਰਥਡੇ ਕੇਕ ਵੀ ਬੜਾ ਪਿਆਰਾ ਬਰਥਡੇ ਕੇਕ, ਬਟਰਫਲਾਈ ਪਰ ਗੁਣ ਦੀ ਪਿਆਰੀ ਬਟਰਫਲਾਈ ਵਾਲਾ ਕੇਕ ਵੀ ਔਡਰ ਕਰਤਾ, ਸਾਰਾ ਕੁਛ ਔਡਰ ਹੋ ਗਿਆ, ਸਾਰਾ ਕੁਛ ਡਨ ਹੋ ਗਿਆ ਜੀ। ਵਾਹ ਹੁਣ ਚੱਲੀਏ ਘਰ ਨੂੰ, ਕਿ ਟਾਈਮ ਵੀ 3 ਵਜੇ ਚੱਲੇ, 3:45 ਹੋ ਗਏ, ਜਾ ਕੇ ਚਾਹ ਪਾਣੀ ਪੀ ਕੇ ਖੇਤਾਂ 'ਚ ਵੀ ਦੇਖੀ। ਆਇਆ ਜੀ ਨੈਸ਼ਨਲ ਬੇਕਰ ਹੋ ਰਹੀ ਜੀ, ਤੋਂ ਆਪਾਂ ਕਰਦੇ ਹਾਂ। ਮੈਂ ਸ਼ੁਰੂ ਤੋਂ ਅੱਜ ਤੱਕ ਪਰ ਗੁਣ ਦੇ ਬਰਥਡੇ 'ਤੇ ਕੇਕ ਆ, ਊਂ ਆਪਣਾ ਕੋਈ ਛੋਟਾ ਮੋਟਾ ਫੰਕਸ਼ਨ ਹੈ, ਤਕਰੀਬਨ 90% ਕੇਕ ਮੈਂ ਇੱਥੋਂ ਹੀ ਲੈ ਕੇ ਗਿਆ, ਬਹੁਤ ਟੇਸਟੀ ਕੇਕ ਹੁੰਦੇ ਨੇ ਇਹਨਾਂ ਦੇ। ਅਤੇ ਚਲੋ ਚੱਲਦੇ ਹਾਂ ਜੀ ਹੁਣ ਆਪਾਂ ਘਰ ਨੂੰ, ਤੁਹਾਨੂੰ ਮਿਲਦੇ ਹਾਂ ਹੁਣ ਘਰੇ ਜਾ ਕੇ, ਫਿਰ ਦਿਖਾਵਾਂਗੇ ਪਰ ਗੁਣ ਦੇ ਬਰਥਡੇ ਵਾਲੇ ਦਿਨ ਤੁਹਾਨੂੰ ਕੇਕ। ਮੈਂ ਫੋਟੋ ਲਾਊਂਗਾ ਜਿਹੜਾ ਲਿਆ, ਮਤਲਬ ਉੱਦਾਂ ਦਾ ਹੀ ਸੇਮ ਕਿਸੇ ਦਾ ਬਣਿਆ ਹੋਇਆ ਸੀ, ਕਾਪੀ ਕਾ ਫੋਟੋ ਵੀ ਖਿੱਚ ਲਿਆ ਮੈਂ, ਅਤੇ ਉੱਦਾਂ ਦੇ ਸੇਮ ਔਡਰ ਲਿਆ। ਹੋਰ ਇੱਕ ਬੰਦੇ ਨੇ, ਉਹ ਕੁੜੀ ਨੇ ਵੀ ਉਹੀ ਔਡਰ ਦਿਆ ਨਾ, ਇੱਕ ਕੁੜੀ ਹੋਰ ਖੜੇ ਸੀ ਲੇਡੀ, ਉਹਨੇ ਵੀ ਉਹੀ ਔਡਰ ਦਿਆ, ਉਹਨੇ ਐਨਵਰਸਰੀ ਲਈ ਦਿੱਤਾ ਅਤੇ ਆਪਾਂ ਦਿੱਤਾ ਪਰ ਗੁਣ ਦੇ ਬਰਥਡੇ ਲਈ। ਚਲੋ ਜੀ ਚੱਲੀਏ ਹੁਣ ਘਰ ਨੂੰ। ਦੇਖੋ ਸਵੇਰੇ ਗੱਡੀ ਇੰਨੀ ਗੰਦੀ ਦੀ, ਧੋ ਕੇ ਲਿਆ ਐਨ, ਡੀਜ਼ਲ ਮਾਰਿਆ, ਸ਼ੈਂਪੂ ਵਿੱਚ ਪਾ ਪਾ, ਗੱਡੀ ਵਾਲਾ ਸ਼ੈਂਪੂ ਹੈ ਅੰਦਰ ਦੇ ਵੀ ਸਾਰੀ ਬਹੁਤ ਗੰਦੀ ਦੀ ਗੱਡੀ।
ਚਾਰੇ ਪਾਸੇ ਤੇ ਲਿਸ਼ਕ ਮੁਸ਼ਕ ਹੋ ਗਈ, ਬਹੁਤ ਵੀ ਆ ਗਈ, ਬਹੁਤ ਮਨ ਦੁੱਖ ਰਿਹਾ ਤਾ ਜੀ, ਗੱਡੀ ਬਹੁਤ ਗੰਦੀ ਤੀ, ਹੁਣ ਹੈ ਲਿਸ਼ਕਾ ਖੜਾ ਦੀ, ਹੁਣ ਪਰਸੋਂ ਨੂੰ ਚੱਕਣੀ ਨਵੇਂ ਸਾਲ ਵਾਲੇ ਦਿਨ, ਕੱਲ੍ਹ ਨੂੰ ਮੋਟਰਸਾਈਕਲ 'ਤੇ ਚਲੇ ਜਾਊਂ ਦਫ਼ਤਰ ਦੇ, ਬਾਕੀ ਦੇਖਦੇ ਹਾਂ। ਚਲੋ ਜੀ ਹੁਣ ਲਿਆਂਦਾ ਪੰਪ, ਮੋਟਰਸਾਈਕਲ ਨੂੰ ਕਰੀਏ ਪੰਪ ਮਾਰ ਕੇ ਰੇਡੀ। ਚਲੋ ਗਾਇਸ ਦੇਖੋ ਟਾਈਮ ਹੋ ਗਿਆ 8:10 ਹੋ ਗਿਆ, ਅਰ ਦੇਖ ਆਪਾਂ ਕੁੜੀ ਨੂੰ ਦੇਖ ਲਓ, ਸਾਡੀ ਨੂੰ ਫੋਨ 'ਤੇ ਨੀਂਦ ਆ ਰਹੀ, ਅੱਖਾਂ ਦਿਖਾਈ ਇੱਧਰ ਕਰੀ ਮੂੰਹ, ਅੱਖਾਂ ਦੇਖ ਲਓ ਸੋ ਨਹੀਂ ਰਹੀ ਫੋਨ ਪਰ ਲੱਗੀ ਵੀ, ਉਹ ਮੈਂ ਕਰ ਰਿਹਾ ਸੀ ਬੜੇ ਭਰਾ ਦਾ ਫਾਰਮ ਭਰ ਰਹੇ ਸੀ ਤਾਂ ਕਰਕੇ ਟਾਈਮ ਲੱਗ ਗਿਆ, ਅਤੇ ਬਾਹਰ ਦੇਖਿਆ ਜਾਓ ਹੁਣ ਜੀ, ਤੁਹਾਨੂੰ ਦਿਖਾਉਂਦਾ ਮੈਂ ਬਾਹਰ, ਬਾਹਰ ਦੇਖਣ ਲਾਈ ਕਹਿ ਕਹਿੰਦੇ ਇੱਕ ਮਿੰਟ ਦੇਖਿਓ ਬਾਹਰ, ਉਹ ਬੁੱਲ 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 ਤੂੰ ਤੋ 8 ਵੱਜ ਗਏ ਸਵੇਰੇ, ਬਹੁਤ ਬੁਰਾ ਹਾਲ ਹੋਊਗਾ, 31 ਤਰੀਕ ਦਿਨ ਐਤਵਾਰ ਹੈ ਸਵੇਰੇ, ਔਰ ਬੁਰਾ ਹਾਲ ਹੋਊਗਾ ਦੇਖਿਓ ਧੁੰਦ। ਚਲੋ ਜੀ ਸਾਰੇ ਆਪਣੇ ਆਪਣਾ ਧਿਆਨ ਰੱਖੋ ਬਾਈ, ਠੰਡ ਬਹੁਤ ਹੈ, ਆਪਾਂ ਵੀ ਜਾ ਕੇ ਅੰਦਰ ਸੋਈਏ ਫਟਾਫਟ, ਰੋਟੀ ਖਾਈਏ ਔਰ ਰਜਾਈਆਂ 'ਚ ਪਈਏ ਬਾਈ, ਆਪਣਾ ਠੰਡ ਬਹੁਤ ਹੈ, ਸਵੇਰੇ ਸਾਜਰੇ ਉੱਠ ਕੇ ਨਹਾ ਧੋ ਕੇ, ਕੱਲ੍ਹ ਨੂੰ ਐਤਵਾਰ ਹੈ ਖੇੜੇ 'ਤੇ ਵੀ ਜਾਣਾ, ਖੇੜੇ ਬਾਬੇ 'ਤੇ ਵੀ, ਅਤੇ ਮੰਦਰ ਗੁਰਦੁਆਰੇ ਤਾਂ ਮੈਂ ਜਾ ਹੀ ਰਿਹਾ ਲਗਾਤਾਰ ਨੰਗੇ ਪੈਰ, ਹਲੇ ਦੇਖਦੇ ਹਾਂ ਬਾਬਾ ਜੀ ਕਿਰਪਾ ਕਰੇ, 1 ਮਹੀਨੇ ਦਾ ਸੋਚਿਆ ਹੋਇਆ, 15 ਦਿਨ ਤਾਂ ਹੋ ਗਏ, ਬਾਕੀ ਦੇਖਦੇ ਹਾਂ ਕਿੰਨੇ ਦਿਨ ਚੱਲਿਆ ਜਾਂਦਾ, ਅਤੇ ਚਲੋ ਮਿਲਦਾ ਜੀ ਤੁਹਾਨੂੰ ਹੁਣ ਅਗਲੇ ਵਲੋਗ 'ਚ, ਅਤੇ ਵਲੋਗ ਨੂੰ ਕਰਦੇ ਹਾਂ ਇੱਥੇ ਸਮਾਪਤ, ਜੇ ਵੀਡੀਓ ਸੋਹਣੀ ਲੱਗੀ ਤਾਂ ਚੈਨਲ ਨੂੰ ਕਰਿਓ ਸਬਸਕ੍ਰਾਈਬ, ਅਤੇ ਸੋਹਣਾ ਜਿਹਾ ਕਮੈਂਟ ਵੀ ਜ਼ਰੂਰ ਕਰਿਓ ਜੀ, ਅਤੇ ਵੱਧ ਤੋਂ ਵੱਧ ਸ਼ੇਅਰ ਕਰਿਓ, ਅਤੇ ਬਾਕੀ ਆ ਗਈ ਸਾਡੀ ਪਰੀ ਰਾਣੀ, ਹਾਂਜੀ ਪਰੀ ਰਾਣੀ ਕੁਝ ਬੋਲਣਾ ਚਾਹੁੰਦੇ ਹੋ ਠੰਡ 'ਚ? ਚਲੋ ਜੀ ਮਿਲਦੇ ਹਾਂ ਜੀ ਕੱਲ੍ਹ, ਬਾਏ।